ਦੋਸਤੋ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਹਰਪਾਲ ਸਿੰਘ ਸ਼ਮਲਾ। ਮਿੱਤਰੋ, ਇੱਕ ਪੜ੍ਹੀ ਲਿਖੀ ਅਤੇ ਬਹੁਤ ਚਲਾਕ ਨੂੰ ਆਪਣੀ ਅਨਪੜ੍ਹ ਸੱਸ ਤੋਂ ਕਸਰਤ ਦੇ ਬਹਾਨੇ ਘਰ ਦੇ ਸਾਰੇ ਕੰਮ ਕਰਾਉਣੇ ਚਾਹੁੰਦੀ ਹੈ। ਇਸ ਵਿਅੰਗ ਬਾਈ ਕਵਿਤਾ ਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਬਾਈ ਮੇਵਾ ਸਿੰਘ ਜੀ ਪਾਲੀਆ ਕਲਾਂ ਅਤੇ ਦਵਿੰਦਰ ਸਿੰਘ ਜੀ ਬੱਗਾ। ਧਿਆਨ ਨਾਲ ਸੁਣਿਓ ਜੀ ਜ਼ਰਾ। ਹੋ ਮੈਂ ਨਹੀਂ ਕਹਿੰਦੀ ਡਾਕਟਰ ਕਹਿੰਦਾ, ਮੈਂ ਨਹੀਂ ਕਹਿੰਦੀ ਡਾਕਟਰ ਕਹਿੰਦਾ, ਬਹਿਣਾ ਪੈਰਾਂ ਭਾਰ ਨਹੀਂ। ਹੋ ਤੇਰੇ ਕਸ ਗਏ ਗੋਡੇ ਮੰਮੀ, ਸਕਦੇ ਭਾਰ ਸਹਾਰ ਨਹੀਂ। ਮੈਂ ਤਾਂ ਨਹੀਂ ਕਹਿੰਦੀ ਡਾਕਟਰ ਕਹਿੰਦਾ, ਬਹਿਣਾ ਪੈਰਾਂ ਭਾਰ ਨਹੀਂ। ਹੋ ਤੇਰੇ ਕਸ ਗਏ ਗੋਡੇ ਮਾਤਾ, ਸਕਦੇ ਭਾਰ ਸਹਾਰ ਨਹੀਂ। ਤੁਰਦੇ ਫਿਰਦੇ ਜਾਂ ਫਿਰ ਖੜ ਕੇ, ਤੁਰਦੇ ਫਿਰਦੇ ਜਾਂ ਫਿਰ ਖੜ ਕੇ, ਤੁਰਦੇ ਫਿਰਦੇ ਜਾਂ ਫਿਰ ਖੜ ਕੇ ਕਾਰਜ ਕਰਨਾ ਪੈਣਾ। ਮੰਮੀ ਜੀ ਕਸਰਤ ਕਰਦੀ ਰਹਿ, ਫਿੱਟ ਫਾਟ ਜੇ ਰਹਿਣਾ। ਮਾਤਾ ਜੀ ਕਸਰਤ ਕਰਦੀ ਰਹਿ, ਠੀਕ ਠਾਕ ਜੇ ਰਹਿਣਾ। ਅਸੀਂ ਚੁੱਲ੍ਹੇ ਅੱਗੇ ਖੜ ਕੇ ਤੜਕੇ ਚਾਹ ਬਣਾ ਦੇਣੀ। ਹੋ ਮੈਂ ਬਣਾ ਦੂੰ ਸਬਜ਼ੀ ਆਪੇ, ਰੋਟੀ ਤੁਸੀਂ ਬਣਾ ਦੇਣੀ। ਭੈਣ ਦੇ ਵਿੱਚ ਚੜਾ ਕੇ ਬੱਚੇ ਸਾ ਫਿਰ ਸੁਖ ਦਾ ਲੈਣਾ। ਮੰਮੀ ਜੀ, ਮੰਮੀ ਜੀ ਕਸਰਤ ਕਰਦੀ ਰਹਿ, ਠੀਕ ਠਾਕ ਜੇ ਰਹਿਣਾ। ਮਾਤਾ ਜੀ ਕਸਰਤ ਕਰਦੀ ਰਹਿ, ਤੰਦਰੁਸਤ ਜੇ ਰਹਿਣਾ। ਵੈਪਰ ਨਾਲ ਲਗਾ ਕੇ ਪੋਚਾ, ਪੋਚਾ ਵੈਪਰ ਨਾਲ ਲਗਾ ਕੇ ਲੀੜੇ ਜਰਾ ਧੁਆ ਦੇਣੇ। ਉਹ ਚਮਗਿੱਦੜ ਦੇ ਬਾਂਗ ਤਾਰ ਤੇ ਪੁੱਠੇ ਕਰ ਲਟਕਾ ਦੇਣੇ। ਖੜਕੇ ਫਿਰ ਪ੍ਰੈਸ ਫੇਰਿਓ, ਖੜਕੇ ਫਿਰ ਪ੍ਰੈਸ ਫੇਰਿਓ, ਰਿਸਕ ਜਮਾ ਨੀ ਲੈਣਾ। ਮੰਮੀ ਜੀ ਕਸਰਤ ਕਰਦੀ ਰਹਿ, ਫਿੱਟ ਫਾਟ ਜੇ ਰਹਿਣਾ। ਮਾਤਾ ਜੀ ਕਸਰਤ ਕਰਦੀ ਰਹਿ, ਤੰਦਰੁਸਤ ਜੇ ਰਹਿਣਾ। ਮੈਂ ਟੂਟੀ ਤੇ ਪਾਈਪ ਲਗਾ ਦੂੰ, ਮੱਝ ਨਵਾ ਦੀ ਤੂੰ ਮੰਮੀ। ਉਹ ਸੋਟੀ ਫੜ ਕੇ ਮੂਹਰੇ ਖੜ ਕੇ ਧਾਰ ਚਵਾ ਦੀ ਤੂੰ ਮੰਮੀ। ਸ਼ਾਮੀ ਦੁੱਧ ਨੂੰ ਸੇਕ ਲਵਾ ਕੇ ਕੈਬ ਸੂਲ ਖਾ ਲੈਣਾ। ਮਾਤਾ ਜੀ ਕਸਰਤ ਕਰਦੀ ਰਹਿ, ਤੰਦਰੁਸਤ ਜੇ ਰਹਿਣਾ। ਮੰਮੀ ਜੀ ਕਸਰਤ ਕਰਦੀ ਰਹਿ, ਫਿੱਟ ਫਾਟ ਜੇ ਰਹਿਣਾ। ਸ਼ਮਲੇ ਬਾਲਾ ਕਰੇ ਬੇਨਤੀ, ਨੂਹਾਂ ਬਣੀਆਂ ਕੁੜੀਆਂ ਨੂੰ। ਹੋ ਗਿੱਧਾ ਪਾਉਣਾ ਨਾ ਸਿਖਾਓ, ਕੁੜੀਓ ਸੱਸਾਂ ਬੁੜੀਆਂ ਨੂੰ। ਸ਼ਮਲੇ ਬਾਲਾ ਕਰੇ ਬੇਨਤੀ, ਨੂਹਾਂ ਬਣੀਆਂ ਕੁੜੀਆਂ ਨੂੰ। ਹੋ ਗਿੱਧਾ ਪਾਉਣਾ ਨਾ ਸਿਖਾਓ, ਕੁੜੀਓ ਸੱਸਾਂ ਬੁੜੀਆਂ ਨੂੰ। ਨੂਹਾਂ ਨੇ ਵੀ ਸੱਸਾਂ ਬਣ ਕੇ, ਨੂਹਾਂ ਨੇ ਵੀ ਸੱਸਾਂ ਬਣ ਕੇ, ਬਸ ਨੂਹਾਂ ਦੇ ਪੈਣਾ। ਮੰਮੀ ਜੀ ਕਸਰਤ ਕਰਦੀ ਰਹਿ, ਫਿੱਟ ਫਾਟ ਜੇ ਰਹਿਣਾ। ਮੰਮੀ ਜੀ ਕਸਰਤ ਕਰਦੀ ਰਹਿ, ਫਿੱਟ ਫਾਟ ਜੇ ਰਹਿਣਾ।